ਮਹਿਲਾ ਪਹਿਲਵਾਨ ਜਿਹੜੀਆਂ ਧਰਨਾ ਪ੍ਰਦਰਸ਼ਨਕਾਰੀਆਂ ਨੇ ਬ੍ਰਿਜ ਪੁਸ਼ਨ ਸ਼ਰਨ ਸਿੰਘ ਦੇ ਖਿਲਾਫ ਤਾਂ ਅੱਜ ਆਪਣੇ ਤਗਮੇ ਜਿਹੜੇ ਉਹਨਾਂ ਨੇ ਜਿੱਤੇ ਹੋਏ ਨੇ ਉਹਨਾਂ ਨੂੰ ਗੰਗਾ ਦੇ ਵਿੱਚ ਪ੍ਰਵਾਹ ਕਰਨ ਦੇ ਲਈ ਜਾ ਰਹੀਆਂ ਸਨ ਪਰ ਉਹਨਾਂ ਨੂੰ ਕਿਸਾਨਾਂ ਨੇ ਰੋਕ ਲਿਆ ਕਿਸਾਨ ਯੂਨੀਅਨ ਜਿਹੜੀ ਉੱਥੇ ਪਹੁੰਚੀਆਂ ਖਾਸ ਕਰਕੇ ਉੱਤਰ ਮਾਫ ਕਰਨਾ ਪਛਮੀ ਯੂਪੀ ਦੇ ਵਿੱਚ ਜਿਹੜੇ ਕਿਸਾਨ ਲੀਡਰ ਹੈਗੇ ਨੇ ਉਹ ਉੱਥੇ ਮੌਕੇ ਤੇ ਪਹੁੰਚ ਜਾਂਦੇ ਆ ਕਿਉਂਕਿ ਅੱਜ ਸ਼ਾਮ 6 ਵਜੇ ਦਾ ਸਮਾਂ ਦਿੱਤਾ ਹੁੰਦਾ ਹੈ ਕਿ ਅਸੀਂ ਗੰਗਾ ਦੇ ਵਿੱਚ ਪਰਵਾਹ ਕਰ ਦਵਾਂਗੇ ਸਾਡੀ ਜਿਹੜੀ ਹੈ ਉਹ ਸਾਡੇ ਜਤ ਕੀ ਦੇਸ਼ ਦੇ ਵਿੱਚ ਮਾਨ ਹੀ ਨਹੀਂ ਹੋ ਰਿਹਾ ਤੇ ਅਸੀਂ ਅਜਿਹੇ ਸਨਮਾਨਿਤ ਕੀ ਕਰਨੇ ਨੇ ਸਨਮਾਨ ਅਜਿਹੇ ਕੀ ਕਰਨੇ ਨੇ ਜੇਕਰ ਧੀਆਂ ਦਾ ਮਾਨ ਨਹੀਂ ਹੋ ਰਿਹਾ ਜਿਸ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਆਪਣੇ ਜਿੰਨੇ ਵੀ ਮੈਡਲ ਜਿੱਤੇ ਹੋਏ ਨੇ ਉਹ ਅਸੀਂ 6 ਵਜੇ ਹਰੀਦਵਾਰ ਦੇ ਵਿੱਚ ਗੰਗਾ ਘਾੜ ਤੇ ਵਿੱਚ ਜਾ ਕੇ ਆਪਣੇ ਪਰਵਾਹ ਕਰ ਦਵਾਂਗੇ ਤਗ ਮੇ ਇਸ ਤੋਂ ਬਾਅਦ ਫਿਰ ਰਾਕੇਸ਼ ਟਿਕਾਇਤ ਨੇ ਵੀ ਅਪੀਲ ਕੀਤੀ ਹੈ ਰਕੇਸ਼ ਟਿਕਾਇਤ ਦੀ ਜਥੇਬੰਦੀ ਦੇ ਕੁਝ ਲੀਡਰ ਉੱਥੇ ਪਹੁੰਚ ਜਾਂਦੇ ਨੇ ਤਾਂ ਉਸ ਤੋਂ ਬਾਅਦ ਭਲੇ ਜਿਹੜੇ ਪਲੇਅਰ ਹੈਗੇ ਖਿਡਾਰੀ ਹੈਗੇ ਇਹਨਾਂ ਨੂੰ ਰੋਕ ਲਿਆ ਜਾਂਦਾ ਪਹਿਲਵਾਨਾਂ ਨੂੰ ਸਮਝਾਇਆ ਜਾਂਦਾ ਕਿਸਾਨਾਂ ਵੱਲੋਂ ਕਿ ਤੁਸੀਂ ਆਪਣੀ ਇਵੇਂ ਨਾ ਨਾ ਕੀਤਾ ਜਾਵੇ ਗਲਤ ਕਦਮ ਨਾ ਚੱਕੇ ਜਾਵੇ ਤਾਂ ਕਿਸਾਨ ਲੀਡਰ ਰਾਕੇਸ਼ ਟਿਕਾਇਤ ਹੈ ਉਹਨਾਂ ਨੇ ਵੀ ਟਵੀਟ ਕਰਕੇ ਅਪੀਲ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਇਹ ਮੈਡਲ ਦੇਸ਼ ਅਤੇ ਤਿਰੰਗੇ ਦੀ ਸ਼ਾਨ ਹੈ ਸਾਡਾ ਸਾਰੇ ਪਹਿਲਵਾਨਾਂ ਨੂੰ ਇੱਕ ਅਨੁਰੋਧ ਹੈ ਕਿ ਅਜਿਹਾ ਕਦਮ ਨਾ ਚੱਕਿਆ ਜਾਵੇ ਆਪਣੇ ਆਪਣੇ ਖੇਲ ਜਿਹੜਾ ਹੈਗਾ ਤੁਸੀਂ ਦੇਸ਼ ਖੇਲ ਦੇ ਵਿੱਚ ਦੇਸ਼ ਦਾ ਆਪਣਾ ਨਾਮ ਰੋਸ਼ਨ ਕੀਤਾ ਹੈ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕੀਤੀ ਹੈ ਰਾਕੇਸ਼ ਤਿਕੈਤ ਨੇ ਕਿ ਇਸ ਮਾਮਲੇ ਦਾ ਜਿਹੜਾ ਨੋਟਿਸ ਲਿਆ ਜਾਵੇ ਤੇ ਪਹਿਲਵਾਨਾਂ ਦੇ ਨਾਲ ਜਲਦ ਤੋਂ ਜਲਦ ਗੱਲਬਾਤ ਕੀਤੀ ਜਾਵੇ ਤਾਂ ਕਿਸਾਨਾਂ ਦੇ ਪਹੁੰਚਣ ਦੇ ਕਾਰਨ ਆਪਣੇ ਮੈਡਲ ਜਿਹੜੇ ਹੈਗੇ ਆ ਉਹ ਪਹਿਲਵਾਨ ਨਹੀਂ ਰੋੜ ਸਕੇ ਜਾਂ ਫਿਰ ਨਹੀਂ ਪ੍ਰਵਾਹ ਕਰ ਸਕੇ ਜਿਸ ਤੋਂ ਬਾਅਦ ਕਿਸਾਨਾਂ ਨੇ ਉਹਨਾਂ ਨੂੰ ਸਮਝਾਇਆ ਕਿ ਅਸੀਂ ਤੁਹਾਡੇ ਨਾਲ ਹਾਂ ਤੇ ਇਸ ਤੋਂ ਬਾਅਦ ਹੁਣ ਕੱਲ ਕੀ ਹੋਵੇਗਾ ਕੱਲ ਪੋਖੜ ਤਲ ਰੱਖੀ ਗਈ ਹੈ ਮਰਨ ਵਰਤ ਹੈ ਇੰਡੀਆ ਗੇਟ ਦੇ ਵਿੱਚ ਪਹਿਲਵਾਨਾਂ ਨੇ ਐਲਾਨ ਕੀਤਾ ਹੋਇਆ ਸੀ ਮਰਨ ਵਰਤ ਤੋਂ ਪਹਿਲਾਂ ਆਪਣੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਆਪਣੇ ਤਗਮੇ ਸਾਰੇ ਪ੍ਰਵਾਹ ਕਰਾਂਗੇ ਜਲ ਦੇ ਵਿੱਚ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਧਰਨੇ ਦੇ ਉੱਪਰ ਬੈਠ ਜਾਵਾਂਗੇ ਜੰਤਰ ਮੰਤਰ ਦੇ ਵਿੱਚ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਇਸ ਕਰਕੇ ਹੁਣ ਉਹਨਾਂ ਨੇ ਆਪਣਾ ਇੰਡੀਆ ਗੇਟ ਦੇ ਵਿੱਚ ਮਰਨ ਵਰਤ ਦਾ ਵੀ ਐਲਾਨ ਕੀਤਾ ਹੋਇਆ ਹਾਲਾਂਕਿ ਇੱਕ ਫੈਸਲਾ ਜਿਹੜਾ ਲਿਆ ਗਿਆ ਸੀ ਕਿ ਆਪਣੇ ਤਗਮੇ ਜਿਹੜੇ ਹੈਗੇ ਉਹਨਾਂ ਨੂੰ ਰੋੜ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਕੀਤਾ ਜਾ ਸਕਿਆ ਕਿਉਂਕਿ ਕਿਸਾਨ ਲੀਡਰ ਉੱਥੇ ਮੌਕੇ ਤੇ ਪਹੁੰਚ ਜਾਂਦੇ ਹਾਲਾਂਕਿ ਹੋਰ ਕੋਈ ਪ੍ਰਸ਼ਾਸਨ ਜਾਂ ਫਿਰ ਕੋਈ ਹੋਰ ਸਰਕਾਰੀ ਨੁਮਾਇੰਦਾ ਜਾਂ ਫਿਰ ਸਰਕਾਰ ਦਾ ਕੋਈ ਬੰਦਾ ਉਹ ਨਹੀਂ ਕਿਸ ਇਹਨਾਂ ਪਹਿਲਵਾਨਾਂ ਦੇ ਕੋਲ ਪਹੁੰਚਿਆ ਨਾ ਸਮਝਾਣ ਦੇ ਲਈ ਪਹੁੰਚਿਆ ਕਿ ਤੁਸੀਂ ਆਪਣੇ ਮੈਡਲ ਨਾ ਰੋੜੋ ਅਸੀਂ ਤੁਹਾਡੇ ਨਾਲ ਆ ਪਰ ਇੱਥੇ ਕਿਸਾਨ ਜ਼ਰੂਰ ਖੜੇ ਨੇ ਉਹਨਾਂ ਦੇ ਨਾਲ ਤਾਂ ਇੱਕ ਹੋਰ ਫੈਸਲਾ ਕਿਸਾਨ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਲਿਆ ਹੋਇਆ ਕਿ 5 ਤਰੀਕ ਨੂੰ ਪੂਰੇ ਦੇਸ਼ ਦੇ ਵਿੱਚ ਅੰਦੋਲਨ ਕੀਤਾ ਜਾਵੇਗਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਔਰ ਬ੍ਰਿਜ ਪੁਸ਼ਨ ਸ਼ਰਨ ਸਿੰਘ ਦੇ ਜਿਹੜੇ ਹੈਗੇ ਪੁਤਲੇ ਫੂਕੇ ਜਾਣਗੇ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾਵੇਗੀ